ਬਾਰਿਸ਼ ਦਾ ਇੰਤਜ਼ਾਰ ਹਰ ਇੱਕ ਨੂੰ ਸੀ, ਪਰ ਐਸੇ 'ਚ ਜਦ ਮੀਂਹ ਤਾਂ ਆਇਆ ਪਰ ਹੁਣ ਸੜਕਾਂ ਹੀ ਨਦੀਆਂ ਬਣ ਚੁੱਕੀਆਂ ਨੇ। ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ ਆਮ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ, ਜਿੱਥੇ ਆਟੋ ਵਾਲੇ ਹੋਣ ਜਾਂ ਫਿਰ ਬਾਈਕ ਸਵਾਰ ਜਾਂ ਫਿਰ ਆਮ ਲੋਕ, ਹਰ ਇੱਕ ਨੂੰ ਇਸ ਦੇ ਨਾਲ ਸਮੱਸਿਆ ਆ ਰਹੀ ਹੈ। ਪੁਲਿਸ ਅਧਿਕਾਰੀ ਖੁਦ ਵੀ ਇਸ ਦੌਰਾਨ ਰੇਨਕੋਟ ਪਹਿਨ ਕੇ ਜਾਂ ਫਿਰ ਮੀਂਹ ਦੇ ਵਿੱਚ ਹੀ ਖੜ ਕੇ ਇਸ ਟ੍ਰੈਫਿਕ ਨੂੰ ਕੰਟਰੋਲ ਕਰਦੇ ਹੋਏ ਦਿਖਾਈ ਦਿੱਤੇ ਨੇ। ਪਾਣੀ ਖੜਨ ਦੀ ਸਮੱਸਿਆ ਕਾਫੀ ਜ਼ਿਆਦਾ ਸਾਹਮਣੇ ਆਈ। ਇਹ ਭਿਵੰਡੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਭਿਵੰਡੀ ਕਾਮਵਾਰੀ ਜੋ ਰਿਵਰ ਆ ਉੱਥੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਦਰਅਸਲ ਇੱਕ ਸਕੂਲ ਬੱਸ ਵੀ ਇਸ ਦੌਰਾਨ ਵਿੱਚ ਹੀ ਫਸ ਗਈ, ਜਿਸ ਨੂੰ ਬੜੀ ਮੁਸ਼ਕਲ ਦੇ ਨਾਲ ਉੱਥੋਂ ਬਾਹਰ ਕੱਢਿਆ ਗਿਆ। ਇੱਥੇ ਖਾਸ ਤੌਰ ਦੇ ਉੱਤੇ ਜੋ ਵੱਖ ਵੱਖ ਖੇਤਰ ਨੇ ਜਿਵੇਂ ਕਿ ਥਾਣੇ ਕਲਿਆਣ, ਖਾਸ ਤੌਰ 'ਤੇ ਕਲਿਆਣ ਵੈਸਟ ਰੇਲਵੇ ਸਟੇਸ਼ਨ ਜੋ ਹੈ ਉੱਥੇ ਕਾਫੀ ਜ਼ਿਆਦਾ ਦਿੱਕਤ ਲੋਕਾਂ ਨੂੰ ਆਈ ਹੈ ਪਾਣੀ ਖੜਨ ਦੇ ਕਰਕੇ, ਜਿੱਥੇ ਦੁਕਾਨਦਾਰ ਗੋਡੇ ਗੋਡੇ ਪਾਣੀ ਦੇ ਵਿੱਚ ਵੀ ਆਪਣਾ ਕੰਮ ਕਰਦੇ ਹੋਏ ਨਜ਼ਰ ਆਏ। ਐਸੇ 'ਚ ਇਸ ਪਾਣੀ ਨੂੰ ਕੱਢਣ ਦੇ ਲਈ ਜਿੱਥੇ ਹਰ ਸਾਲ ਦਾਅਵੇ ਕੀਤੇ ਜਾ ਰਹੇ ਨੇ ਕਿ ਇਸ ਪਾਣੀ ਭਰਨ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ, ਪਰ ਇੱਕ ਬਾਰਿਸ਼ ਅਤੇ ਉਸ ਤੋਂ ਬਾਅਦ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਦਰਅਸਲ ਇਹ ਸਾਰੀਆਂ ਤਸਵੀਰਾਂ ਮਹਾਰਾਸ਼ਟਰ ਦੀਆਂ ਨੇ, ਜਿੱਥੇ ਕਿ ਮਹਾਰਾਸ਼ਟਰ ਦੇ ਵਿੱਚ ਇਲਾਕਾ ਹੈ ਭਿਵੰਡੀ, ਉੱਥੇ ਜਦ ਪਾਣੀ ਭਰਿਆ ਫਿਰ ਇਸ ਤਰ੍ਹਾਂ ਦਾ ਜੋ ਨਜ਼ਾਰਾ ਹੈ ਉਹ ਦੇਖਣ ਨੂੰ ਮਿਲਿਆ। ਅਕਸਰ ਇਸੇ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਰਹੀਆਂ ਨੇ। ਹੁਣ ਇੱਥੇ ਜੇਕਰ ਦੇਖੀਏ ਗੌਰ ਦੇ ਨਾਲ ਤਾਂ ਇੱਕ ਕਤਾਰਬੱਧ ਤਰੀਕੇ ਦੇ ਨਾਲ ਟ੍ਰੈਫਿਕ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਰਿਸਕ ਵੀ ਕਾਫੀ ਜ਼ਿਆਦਾ ਹੈ ਕਿ ਐਸੇ ਦੇ ਵਿੱਚ ਜੇਕਰ ਥੱਲੇ ਕੋਈ ਮੇਨ ਹੋਲ ਓਪਨ ਰਹਿ ਗਿਆ ਜਾਂ ਫਿਰ ਕੋਈ ਹੋਰ ਖੱਡਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ। ਪਰ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਇਸ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ, ਇਸ ਪਾਣੀ ਖੜਨ ਦੀ ਜੋ ਸਮੱਸਿਆ ਹੈ ਉਸ ਨੂੰ ਹਟਾਉਣ ਦੇ ਲਈ, ਜਾਂ ਫਿਰ ਸਭ ਤੋਂ ਵੱਡੀ ਗੱਲ ਲੋਕਾਂ ਦੀ ਜ਼ਿੰਦਗੀ ਆਸਾਨ ਬਣਾਉਣ ਦੇ ਲਈ। ਬਾਰਿਸ਼ ਦਾ ਇੰਤਜ਼ਾਰ ਹਰ ਇੱਕ ਨੂੰ ਸੀ, ਪਰ ਐਸੇ 'ਚ ਜਦ ਮੀਂਹ ਤਾਂ ਆਇਆ ਪਰ ਹੁਣ ਸੜਕਾਂ ਹੀ ਨਦੀਆਂ ਬਣ ਚੁੱਕੀਆਂ ਨੇ। ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਕਿ ਆਮ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ, ਜਿੱਥੇ ਆਟੋ ਵਾਲੇ ਹੋਣ ਜਾਂ ਫਿਰ ਬਾਈਕ ਸਵਾਰ ਜਾਂ ਫਿਰ ਆਮ ਲੋਕ, ਹਰ ਇੱਕ ਨੂੰ ਇਸ ਦੇ ਨਾਲ ਸਮੱਸਿਆ ਆ ਰਹੀ ਹੈ। ਪੁਲਿਸ ਅਧਿਕਾਰੀ ਖੁਦ ਵੀ ਇਸ ਦੌਰਾਨ ਰੇਨਕੋਟ ਪਹਿਨ ਕੇ ਜਾਂ ਫਿਰ ਮੀਂਹ ਦੇ ਵਿੱਚ ਹੀ ਖੜ ਕੇ ਇਸ ਟ੍ਰੈਫਿਕ ਨੂੰ ਕੰਟਰੋਲ ਕਰਦੇ ਹੋਏ ਦਿਖਾਈ ਦਿੱਤੇ ਨੇ। ਪਾਣੀ ਖੜਨ ਦੀ ਸਮੱਸਿਆ ਕਾਫੀ ਜ਼ਿਆਦਾ ਸਾਹਮਣੇ ਆਈ। ਇਹ ਭਿਵੰਡੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਭਿਵੰਡੀ ਕਾਮਵਾਰੀ ਜੋ ਰਿਵਰ ਆ ਉੱਥੇ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਦਰਅਸਲ ਇੱਕ ਸਕੂਲ ਬੱਸ ਵੀ ਇਸ ਦੌਰਾਨ ਵਿੱਚ ਹੀ ਫਸ ਗਈ, ਜਿਸ ਨੂੰ ਬੜੀ ਮੁਸ਼ਕਲ ਦੇ ਨਾਲ ਉੱਥੋਂ ਬਾਹਰ ਕੱਢਿਆ ਗਿਆ। ਇੱਥੇ ਖਾਸ ਤੌਰ ਦੇ ਉੱਤੇ ਜੋ ਵੱਖ ਵੱਖ ਖੇਤਰ ਨੇ ਜਿਵੇਂ ਕਿ ਥਾਣੇ ਕਲਿਆਣ, ਖਾਸ ਤੌਰ 'ਤੇ ਕਲਿਆਣ ਵੈਸਟ ਰੇਲਵੇ ਸਟੇਸ਼ਨ ਜੋ ਹੈ ਉੱਥੇ ਕਾਫੀ ਜ਼ਿਆਦਾ ਦਿੱਕਤ ਲੋਕਾਂ ਨੂੰ ਆਈ ਹੈ ਪਾਣੀ ਖੜਨ ਦੇ ਕਰਕੇ, ਜਿੱਥੇ ਦੁਕਾਨਦਾਰ ਗੋਡੇ ਗੋਡੇ ਪਾਣੀ ਦੇ ਵਿੱਚ ਵੀ ਆਪਣਾ ਕੰਮ ਕਰਦੇ ਹੋਏ ਨਜ਼ਰ ਆਏ। ਐਸੇ 'ਚ ਇਸ ਪਾਣੀ ਨੂੰ ਕੱਢਣ ਦੇ ਲਈ ਜਿੱਥੇ ਹਰ ਸਾਲ ਦਾਅਵੇ ਕੀਤੇ ਜਾ ਰਹੇ ਨੇ ਕਿ ਇਸ ਪਾਣੀ ਭਰਨ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ, ਪਰ ਇੱਕ ਬਾਰਿਸ਼ ਅਤੇ ਉਸ ਤੋਂ ਬਾਅਦ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਦਰਅਸਲ ਇਹ ਸਾਰੀਆਂ ਤਸਵੀਰਾਂ ਮਹਾਰਾਸ਼ਟਰ ਦੀਆਂ ਨੇ, ਜਿੱਥੇ ਕਿ ਮਹਾਰਾਸ਼ਟਰ ਦੇ ਵਿੱਚ ਇਲਾਕਾ ਹੈ ਭਿਵੰਡੀ, ਉੱਥੇ ਜਦ ਪਾਣੀ ਭਰਿਆ ਫਿਰ ਇਸ ਤਰ੍ਹਾਂ ਦਾ ਜੋ ਨਜ਼ਾਰਾ ਹੈ ਉਹ ਦੇਖਣ ਨੂੰ ਮਿਲਿਆ। ਅਕਸਰ ਇਸੇ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਰਹੀਆਂ ਨੇ। ਹੁਣ ਇੱਥੇ ਜੇਕਰ ਦੇਖੀਏ ਗੌਰ ਦੇ ਨਾਲ ਤਾਂ
ਇੱਕ ਕਤਾਰਬੱਧ ਤਰੀਕੇ ਦੇ ਨਾਲ ਟ੍ਰੈਫਿਕ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਰਿਸਕ ਵੀ ਕਾਫੀ ਜ਼ਿਆਦਾ ਹੈ ਕਿ ਐਸੇ ਦੇ ਵਿੱਚ ਜੇਕਰ ਥੱਲੇ ਕੋਈ ਮੇਨ ਹੋਲ ਓਪਨ ਰਹਿ ਗਿਆ ਜਾਂ ਫਿਰ ਕੋਈ ਹੋਰ ਖੱਡਾ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ। ਪਰ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਇਸ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ, ਇਸ ਪਾਣੀ ਖੜਨ ਦੀ ਜੋ ਸਮੱਸਿਆ ਹੈ ਉਸ ਨੂੰ ਹਟਾਉਣ ਦੇ ਲਈ, ਜਾਂ ਫਿਰ ਸਭ ਤੋਂ ਵੱਡੀ ਗੱਲ ਲੋਕਾਂ ਦੀ ਜ਼ਿੰਦਗੀ ਆਸਾਨ ਬਣਾਉਣ ਦੇ ਲਈ।